ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਜਿਸ ਦਰ ਨੂੰ ਬਾਬਾ ਆਨੰਦ ਸਿੰਘ ਜੀ ਵੀ ਸਜਦੇ ਕਰਦੇ ਆ, ਮੱਥੇ ਟੇਕਦੇ ਆ। ਟਿੱਲੇ ਬਾਰੇ ਬਾਬਾ ਜੀ ਕਹਿੰਦੇ ਸੀ, ਇਹ ਜਿਹੜਾ ਬਾਬਾ ਜੀ ਦਾ ਟਿੱਲਾ ਹੈ ਨਾ, ਇਹ ਮਿੱਟੀ ਦਾ ਢੇਰ ਨਹੀਂ, ਇਹ ਕਈ ਯੁੱਗਾਂ ਦੀ ਕਮਾਈਆਂ ਦਾ ਖਜ਼ਾਨਾ ਹੈ। ਆਖੋ ਸ੍ਰੀ, ਇਹ ਧਨ, ਇਹ ਧਨ ਦਾ ਢੇਰ ਲੱਗਿਆ ਹੋਇਆ ਹੈ। ਇਹ ਰੇਤਾ ਮਿੱਟੀ ਦਾ ਟਿੱਲਾ ਨਹੀਂ, ਇਹ ਕਮਾਈਆਂ ਦਾ ਟਿੱਲਾ ਹੈ, ਢੇਰ ਹੈ। ਜਿਨ੍ਹਾਂ ਦੇ ਦਰਸ਼ਨਾਂ ਨੂੰ ਬਾਬਾ ਜੀ ਤਰਸਦੇ ਆ, ਜਿਨ੍ਹਾਂ ਨੂੰ ਗੁਰੂ ਨਾਨਕ ਦਾ ਰੂਪ ਮੰਨ ਕੇ ਸੇਵਕ ਬਣ ਕੇ ਘਾਲਣਾ ਘਾਲੀ, ਬਾਬਾ ਮਾਂ ਹਰਨਾਮ ਸਿੰਘ ਜੀ ਨੂੰ ਕਿੰਨੇ ਕੁ ਵੱਡੇ ਆਖਾਂਗੇ, ਜਿਹੜੇ ਰਮਾਇਣ ਹੀ ਪੜ੍ਹਦੇ ਰਹਿੰਦੇ ਸੀ ਤੇ ਰਾਮ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਨਾਲ ਪ੍ਰੀਤ ਹੋ ਗਈ, ਬੜੀ ਘਾਲਣਾ ਘਾਲਣ ਲੱਗੇ, ਬੇਨਤੀਆਂ ਕਰਦੇ ਆ, ਰਾਮ ਜੀ ਮਿਲੋ, ਦਰਸ਼ਨ ਦਿਓ, ਮੈਨੂੰ ਭੀਲਣੀ ਜਾਣ ਕੇ ਦਰਸ਼ਨ ਦੇ ਦਿਓ, ਕੁਝ ਵੀ ਸਮਝ ਕੇ, ਕੋਈ ਹੈ ਜਿਹੜਾ ਮੈਨੂੰ ਰਾਮ ਨਾਲ ਮਿਲਾ ਦੇਵੇ। ਸੰਤ ਰਾਮ ਸਿੰਘ ਜੀ ਮਲੂਕੇ ਵਾਲਿਆਂ ਨੂੰ ਬਾਬਾ ਮਾਂ ਹਰਨਾਮ ਸਿੰਘ ਜੀ ਨੇ ਸ਼੍ਰੀ ਰਾਮ ਰਾਮ ਚੰਦਰ ਜੀ ਮਹਾਰਾਜ ਜੀ ਦੇ ਪ੍ਰਗਟ ਦਰਸ਼ਨ ਕਰਾਏ ਤੇ ਜਦ ਵੇਖਿਆ ਕਿ ਉਹ ਹੀ ਨੇ। ਆਖੋ ਸੀ, ਜਿਨ੍ਹਾਂ ਨੂੰ ਮੈਂ ਰਾਮ ਰਾਮ ਕਰਕੇ ਭਾਲਦਾ, ਇਹ ਤਾਂ ਉਹ ਹੀ ਨੇ, ਅਚਿੰਤ ਰਾਮ, ਜਿਹਦੇ ਅੰਦਰ ਭਗਵਾਨ ਕ੍ਰਿਸ਼ਨ ਦੀ ਮਿਲਣ ਦੀ ਖਿੱਚ ਹੈ। ਕਦੇ ਕੋਈ ਰੂਪ ਚ ਕ੍ਰਿਸ਼ਨ ਮਿਲਦਾ, ਕਦੇ ਕਿਸੇ ਰੂਪ ਚ ਜੀ, ਪ੍ਰਗਟ ਕਦੋਂ ਮਿਲੋਗੇ, ਕੋਈ ਮਹਾਂਪੁਰਸ਼ ਮਿਲਾਏਗਾ। ਜਦ ਜਿੰਤ ਰਾਮ ਸ਼ਾਦੀ ਵਿਆਹ ਦੇ ਵਿੱਚ ਬਰਾਤੀ ਬਣ ਕੇ ਪਿੰਡ ਸੇਮੇ ਚ ਆਇਆ ਤੇ ਪਿੰਡ ਦੇ ਵਿੱਚ ਬਾਬਾ ਜੀ ਦੀਆਂ ਕਥਾ ਕਹਾਣੀਆਂ ਸੁਣੀਆਂ ਕਿ ਅਗੰਮੀ ਬਾਤਾਂ ਨੇ, ਇਹ ਆਪ ਹੀ ਨਿਰੰਕਾਰ ਦਾ ਸਰੂਪ ਨੇ, ਬੜਿਆ ਬੜਿਆਂ ਦੀਆਂ ਭਾਵਨਾਵਾਂ ਪੂਰੀਆਂ ਕੀਤੀਆਂ। ਬਹਾਲ ਦਾਸ ਸੇਵਾ ਵਿੱਚ ਰਹਿਣ ਵਾਲਾ ਜਿਹੜਾ ਉਦਾਸੀਨ ਸੰਪਰਦਾ ਦਾ ਦੇ ਮੰਨਣ ਵਾਲਾ ਹੈ, ਸ੍ਰੀ ਚੰਦ ਮਹਾਰਾਜ ਨੂੰ ਭਗਵਾਨ ਮੰਨਣ ਵਾਲਾ, ਨਾਮ ਦੇ ਅਭਿਆਸੀ ਬਹਾਲ ਦਾਸ ਨੂੰ ਉਸੇ ਸਰੂਪ ਚ ਦਰਸ਼ਨ ਦਿੱਤੇ। ਉਹਨਾਂ ਕਿਹਾ ਜੀ ਮਹਾਰਾਜ, ਆਦੰਤ ਤੁਸੀਂ ਆਪ ਹੀ ਹੋ। ਅਚਿੰਤ ਰਾਮ ਜਦੋਂ ਆਇਆ ਬਾਬਾ ਜੀ ਦੀ ਸੋਭਾ ਸੁਣ ਕੇ ਦਰਸ਼ਨ ਕਰਨ ਤੇ ਇੱਛਾ ਜ਼ਾਹਰ ਕੀਤੀ ਜੀ ਮੈਨੂੰ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕਰਾ ਦਿਓ। ਬਾਬਾ ਜੀ ਕਹਿੰਦੇ ਹੁਣ ਤਾਂ ਵਿਆਹਾਂ ਦੇ ਲੱਡੂ ਪੇੜੇ ਖਾਂਦਾ ਫਿਰਦਾ ਹੈ, ਜਦੋਂ ਸੇਵਕ ਬਣ ਕੇ ਆਏਗਾ ਉਦੋਂ ਦੇਖਾਂਗੇ, ਜਾ ਕੇ ਘਰੇ ਵਿਆਹ ਕੰਠਾ ਪਾਇਆ ਸੀ, ਕੜਮੀ ਪੁਸ਼ਾਕ ਪਾਈ ਸੀ, ਤਿੱਲੇ ਵਾਲੀ ਜੁੱਤੀ ਪਾਈ ਸੀ, ਉੱਚੀ ਪੱਗ ਬੰਨੀ ਸੀ, ਸਾਰੀਆਂ ਪੁਸ਼ਾਕਾਂ ਲਾ ਕੇ ਦਾਸ ਦਾ ਪਹਿਰਾਵਾ ਪਹਿਣ ਕੇ ਬਾਬਾ ਜੀ ਦੇ ਚਰਨਾਂ 'ਚ ਆ ਗਿਆ। ਘਾਲਣਾ ਬਾਬਾ ਜੀ ਨੇ ਕਰਾਈਆਂ, ਬੜੇ ਜਪ ਤਪ ਕਰਾਏ, ਸੂਰਿਆ ਜਾਪ ਦਾ ਮੰਤਰ ਕਰਾਇਆ,
ਚੜ੍ਹਦੇ ਸੂਰਜ ਤੋਂ ਛਿਪਦੇ ਸੂਰਜ ਤੱਕ ਟਿਕ ਲਾ ਕੇ ਨਾਮ ਜਪਦੇ ਰਹਿੰਦੇ ਸੀ। ਉਹਨਾਂ ਨੂੰ ਭਗਵਾਨ ਕ੍ਰਿਸ਼ਨ ਦੇ ਪ੍ਰਤੱਖ ਦਰਸ਼ਨ ਹੋਏ। ਬਾਬਾ ਆਨੰਦ ਸਿੰਘ ਜੀ ਮਹਾਰਾਜ ਆਏ ਨੇ ਗੁਰੂ ਨਾਨਕ ਨੂੰ ਪ੍ਰਗਟ ਮਿਲਣ ਵਾਸਤੇ, ਤੇ ਪੁੱਛੋ ਵਾਲਿਆਂ ਨੇ ਕਮਾਈਆਂ ਕਰਵਾ ਕੇ ਏਡਾ ਵੱਡਾ ਵਿਸ਼ਵਾਸ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਬਣਾਤਾ, ਅਤੇ ਬਾਬਾ ਆਨੰਦ ਸਿੰਘ ਜੀ ਨਾਲ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੀ ਬਚਨ ਕਰਨ ਲੱਗੇ, ਪ੍ਰਗਟ ਪ੍ਰਸ਼ਾਦ ਛਕਣ ਲੱਗੇ, ਪ੍ਰਗਟ ਸਰੂਪ ਹੋ ਗਏ। ਫਿਰ ਕੀ ਆਖਾਂਗੇ ਕਿ ਕਿਸੇ ਨੂੰ ਰਾਮ ਪ੍ਰਤੱਖ, ਕਿਸੇ ਲਈ ਕ੍ਰਿਸ਼ਨ ਪ੍ਰਤੱਖ, ਕਿਸੇ ਲਈ ਗੁਰੂ ਨਾਨਕ ਪ੍ਰਤੱਖ, ਅਤੇ ਬਾਬਾ ਜੀ ਰੂਮੀ ਵਾਲਿਆਂ ਨੂੰ ਕੀ ਆਖਾਂਗੇ ਕਿ ਇਹ ਨਿਰੰਕਾਰੀ ਸਰੂਪ ਨਹੀਂ ਤੇ ਹੋਰ ਕਿਹੜਾ ਸਰੂਪ ਹੈ। ਆਖੋ ਸੀ ਹੱਥ